ਸੂਬੇ ਦੇ ਵਿੱਚ ਜਿੱਥੇ ਪਾਸੇ ਨਸ਼ੇ ਦਾ ਕਹਿਰ ਜਾਰੀ ਹੈ, ਨਸ਼ੇ ਨੂੰ ਲੈ ਕੇ ਵੱਡੀਆਂ ਕਾਰਵਾਈਆਂ ਵੀ ਪੁਲਿਸ ਕਰਦੀ ਪਈ ਨਜ਼ਰ ਆ ਰਹੀ ਹੈ। ਵੱਡੇ ਪੱਧਰ ਦੇ ਉੱਤੇ ਨਸ਼ੇ ਦੇ ਖਿਲਾਫ਼ ਵੱਖ ਵੱਖਰੇ ਤਰੀਕੇ ਦੇ ਨਾਲ ਆਪਰੇਸ਼ਨਸ ਕੀਤੇ ਜਾ ਰਹੇ ਨੇ ਅਤੇ ਕਈ ਤਰ੍ਹਾਂ ਦੀਆਂ ਮੁਹਿੰਮ ਵੀ ਵੱਡੀਆਂ ਜਾ ਰਹੀਆਂ ਨੇ, ਪਰ ਬਾਵਜੂਦ ਇਸ ਦੇ ਨਸ਼ਾ ਵੇਚਿਆ ਅਤੇ ਖਰੀਦਿਆ ਜਾ ਰਿਹਾ। ਹੁਣ ਇਸੇ ਵਿਚਾਲੇ ਪੁਲਿਸ ਦੇ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਸੀਜ਼ ਕੀਤੀਆਂ ਜਾ ਰਹੀਆਂ ਨੇ। ਜੀ ਹਾਂ, ਪ੍ਰਾਪਰਟੀਜ਼ ਸੀਜ਼ ਕੀਤੀਆਂ ਜਾ ਰਹੀਆਂ ਨੇ। ਇਹ ਵੱਡੀ ਕਾਰਵਾਈ ਫਿਰੋਜ਼ਪੁਰ ਦੇ ਵਿੱਚ ਵੀ ਕੀਤੀ ਗਈ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਸ਼ਾ ਤਸਕਰਾਂ ਖਿਲਾਫ਼ ਕਿਵੇਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਹੋਰ ਕੀ ਕੁਝ ਜਾਣਕਾਰੀ ਹੈ, ਉਹ ਸੁਣਦੇ ਹਾਂ ਫਿਰੋਜ਼ਪੁਰ ਪੁਲਿਸ ਅਧਿਕਾਰੀ ਕੋਲ। ਨਸ਼ੇ ਤਸਕਰਾਂ ਦੀ ਪ੍ਰਾਪਰਟੀ ਹੁਣ ਤੱਕ ਕਿੰਨੀ ਫਰੀਜ਼ ਕੀਤੀ ਜਾ ਚੁੱਕੀ ਔਰ ਕਿੰਨੇ ਮਾਮਲੇ ਜਿਹੜੇ ਆ ਇਹ ਹੋ ਚੁੱਕੇ ਨੇ? ਮਾਨਯੋਗ ਐਸਐਸਪੀ ਫਿਰੋਜ਼ਪੁਰ ਸੇ ਦੀਪਕ ਖਿਲੋੜੀ ਜੀ ਵੱਲੋਂ ਜਿਹੜੀ ਇੱਕ ਅੱਡ ਫਾਈਨੈਂਸ਼ੀਅਲ ਯੂਨਿਟ ਦਾ ਗਠਨ ਕੀਤਾ ਗਿਆ ਸੀ, ਇਸ ਵਿੱਚ ਸਪੈਸ਼ਲਾਈਜ਼ਡ ਜਿਹੜੇ ਮੁਲਾਜ਼ਮ ਹੈ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਜਿੰਨੇ ਵੀ ਨਸ਼ੇ ਦੇ ਖਿਲਾਫ਼ ਪਰਚੇ ਹੋ ਰਹੇ ਨੇ, ਜੇ ਜਿਹੜਾ ਕੋਈ ਨਸ਼ਾ ਵੇਚਣ ਵਾਲਾ ਨਸ਼ਾ ਵੇਚ ਕੇ ਜਿੰਨੇ ਕੋਈ ਪ੍ਰੋਪਰਟੀ ਬਣਾਈ ਹੋ ਉਹ ਪ੍ਰੋਪਰਟੀ ਨੂੰ ਹਸਬ ਜ਼ਾਬਤਾ ਜਿਹੜਾ ਹੈਗਾ ਉਹਨੂੰ ਅਟੈਚ ਕੀਤਾ ਜਾਏ। ਅਤੇ ਹੁਣ ਤੱਕ ਸਾਲ 2023 ਵਿੱਚ ਲਗਭਗ 29 ਕੇਸਿਸ ਵਿੱਚ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਉਹ ਅਟੈਚ ਕੀਤੀ ਗਈਆਂ ਹੈਗੀਆਂ। ਅਤੇ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੁਣ ਤੱਕ 14 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਜਿਹੜੀ ਹੈਗੀ ਉਹ ਅਟੈਚ ਕੀਤੀ ਗਈ ਹੈ। ਅਤੇ ਸਾਡਾ ਇਹ ਪ੍ਰਯਾਸ ਹੈਗਾ ਕਿ ਅਸੀਂ ਅੱਗੇ ਵੀ ਇੱਦਾਂ ਹੀ ਜਿਹੜੇ ਨਸ਼ੇ ਦੇ ਸੌਦਾਗਰ ਨੇ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਧੰਨਵਾਦ ਜੀ। ਸੂਬੇ ਦੇ ਵਿੱਚ ਜਿੱਥੇ ਪਾਸੇ ਨਸ਼ੇ ਦਾ ਕਹਿਰ ਜਾਰੀ ਹੈ, ਨਸ਼ੇ ਨੂੰ ਲੈ ਕੇ ਵੱਡੀਆਂ ਕਾਰਵਾਈਆਂ ਵੀ ਪੁਲਿਸ ਕਰਦੀ ਪਈ ਨਜ਼ਰ ਆ ਰਹੀ ਹੈ। ਵੱਡੇ ਪੱਧਰ ਦੇ ਉੱਤੇ ਨਸ਼ੇ ਦੇ ਖਿਲਾਫ਼ ਵੱਖ ਵੱਖਰੇ ਤਰੀਕੇ ਦੇ ਨਾਲ ਆਪਰੇਸ਼ਨਸ ਕੀਤੇ ਜਾ ਰਹੇ ਨੇ ਅਤੇ ਕਈ ਤਰ੍ਹਾਂ ਦੀਆਂ ਮੁਹਿੰਮ ਵੀ ਵੱਡੀਆਂ ਜਾ ਰਹੀਆਂ ਨੇ, ਪਰ ਬਾਵਜੂਦ ਇਸ ਦੇ ਨਸ਼ਾ ਵੇਚਿਆ ਅਤੇ ਖਰੀਦਿਆ ਜਾ ਰਿਹਾ। ਹੁਣ ਇਸੇ ਵਿਚਾਲੇ ਪੁਲਿਸ ਦੇ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਸੀਜ਼ ਕੀਤੀਆਂ ਜਾ ਰਹੀਆਂ ਨੇ। ਜੀ ਹਾਂ, ਪ੍ਰਾਪਰਟੀਜ਼ ਸੀਜ਼ ਕੀਤੀਆਂ ਜਾ ਰਹੀਆਂ ਨੇ। ਇਹ ਵੱਡੀ ਕਾਰਵਾਈ ਫਿਰੋਜ਼ਪੁਰ ਦੇ ਵਿੱਚ ਵੀ ਕੀਤੀ ਗਈ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਸ਼ਾ ਤਸਕਰਾਂ ਖਿਲਾਫ਼ ਕਿਵੇਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਹੋਰ ਕੀ ਕੁਝ ਜਾਣਕਾਰੀ ਹੈ, ਉਹ ਸੁਣਦੇ ਹਾਂ ਫਿਰੋਜ਼ਪੁਰ ਪੁਲਿਸ ਅਧਿਕਾਰੀ ਕੋਲ। ਨਸ਼ੇ ਤਸਕਰਾਂ ਦੀ ਪ੍ਰਾਪਰਟੀ ਹੁਣ ਤੱਕ ਕਿੰਨੀ ਫਰੀਜ਼ ਕੀਤੀ ਜਾ ਚੁੱਕੀ ਔਰ ਕਿੰਨੇ ਮਾਮਲੇ ਜਿਹੜੇ ਆ ਇਹ ਹੋ ਚੁੱਕੇ ਨੇ? ਮਾਨਯੋਗ ਐਸਐਸਪੀ ਫਿਰੋਜ਼ਪੁਰ ਸੇ ਦੀਪਕ ਖਿਲੋੜੀ ਜੀ ਵੱਲੋਂ ਜਿਹੜੀ ਇੱਕ ਅੱਡ ਫਾਈਨੈਂਸ਼ੀਅਲ ਯੂਨਿਟ ਦਾ ਗਠਨ ਕੀਤਾ ਗਿਆ ਸੀ, ਇਸ ਵਿੱਚ ਸਪੈਸ਼ਲਾਈਜ਼ਡ ਜਿਹੜੇ ਮੁਲਾਜ਼ਮ ਹੈ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਜਿੰਨੇ ਵੀ ਨਸ਼ੇ ਦੇ ਖਿਲਾਫ਼ ਪਰਚੇ ਹੋ ਰਹੇ ਨੇ, ਜੇ ਜਿਹੜਾ ਕੋਈ ਨਸ਼ਾ ਵੇਚਣ ਵਾਲਾ ਨਸ਼ਾ ਵੇਚ ਕੇ ਜਿੰਨੇ ਕੋਈ ਪ੍ਰੋਪਰਟੀ ਬਣਾਈ ਹੋ ਉਹ ਪ੍ਰੋਪਰਟੀ ਨੂੰ ਹਸਬ ਜ਼ਾਬਤਾ ਜਿਹੜਾ ਹੈਗਾ ਉਹਨੂੰ ਅਟੈਚ ਕੀਤਾ ਜਾਏ। ਅਤੇ ਹੁਣ ਤੱਕ ਸਾਲ 2023 ਵਿੱਚ ਲਗਭਗ 29 ਕੇਸਿਸ ਵਿੱਚ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਉਹ ਅਟੈਚ ਕੀਤੀ ਗਈਆਂ ਹੈਗੀਆਂ। ਅਤੇ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੁਣ ਤੱਕ 14 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਜਿਹੜੀ ਹੈਗੀ ਉਹ ਅਟੈਚ ਕੀਤੀ ਗਈ ਹੈ। ਅਤੇ ਸਾਡਾ ਇਹ ਪ੍ਰਯਾਸ ਹੈਗਾ ਕਿ ਅਸੀਂ ਅੱਗੇ ਵੀ ਇੱਦਾਂ ਹੀ ਜਿਹੜੇ ਨਸ਼ੇ ਦੇ ਸੌਦਾਗਰ ਨੇ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਧੰਨਵਾਦ ਜੀ।